ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਸਨਜੀਵ ਯਸ਼ਕੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਅਮਰੀਕਾ ਛੂਤ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ ਕੈਲੀਫੋਰਨੀਆ ਸੂਬੇ ਦੇ ਸਿਟੀ ਸੈਕਰਮੈਂਟੋ ਦੇ ਨਵੇਂ ਚੁਣੇ ਗਏ ਡਿਸਟ੍ਰਿਕਟ ਐਟਾਰਨੀ ਤਿੰਨ ਹੋ ਵੱਲੋਂ ਸਿੱਖਾਂ ਦੀ ਤਾਰੀਫ ਜਸਟਿਨ ਟਰੂਡੋ CHOGM G7 ਅਤੇ NATO ਸੰਮੇਲਨ ਵਿੱਚ ਹੋਣਗੇ ਸ਼ਾਮਿਲ ਮਾਨ ਦੀ ਗੱਲ ਪ੍ਰਮੁੱਖ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਭਾਰਤੀ ਸਟੱਡੀ ਚੇਅਰਾਂ ਦੀ ਸਥਾਪਨਾ ਚੰਡੀਗੜ੍ਹ ਵਿਖੇ ਰਾਜਾ ਵਡਿੰਗ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦਾ ਹੱਲਾ ਬੋਲ ਪੁਲਿਸ ਨੇ ਛੱਡੀਆਂ ਪਾਣੀ ਦੀਆਂ واਛੜਾਂ ਹੁਣ ਖਬਰਾਂ ਦਾ ਵਿਸਥਾਰ ਅਮਰੀਕਾ ਨੇ ਭਾਰਤ ਦੀਆਂ ਤਿੰਨ ਪ੍ਰਮੁੱਖ ਮੈਡੀਕਲ ਖੋਜ ਸੰਸਥਾਵਾਂ ਨੂੰ ਮਹਾਮਾਰੀਆਂ ਨੂੰ ਰੋਕਣ ਬਿਮਾਰੀਆਂ ਦੇ ਖਤਰਿਆਂ ਦਾ ਜਲਦੀ ਪਤਾ ਲਗਾਉਣ ਅਤੇ ਤੇਜ਼ੀ ਨਾਲ ਪ੍ਰਭਾਵੀ ਕਦਮ ਚੁੱਕਣ ਲਈ ਕਰੀਬ 12.2 ਕਰੋੜ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਅਮਰੀਕਾ 12 ਕਰੋੜ 24 ਲੱਖ 75 ਹਜ਼ਾਰ ਡਾਲਰ ਦੀ ਕੁੱਲ ਧਨराशि ਤਿੰਨ ਪ੍ਰਮੁੱਖ ਭਾਰਤੀ ਸਿਹਤ ਖੋਜ ਸੰਸਥਾਵਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ ਨੂੰ 5 ਸਾਲ ਦੀ ਮਿਆਦ ਵਿੱਚ ਦਿੱਤੀ ਜਾਵੇਗੀ। ਰੋਗ ਨਿਯੰਤਰਣ ਅਤੇ ਰੋਗ ਥਾਮ ਕੇਂਦਰ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਫੰਡ ਇੱਕ ਅਜਿਹੇ ਭਾਰਤ ਬਣਾਉਣ ਵਿੱਚ ਮਦਦ ਕਰੇਗਾ ਜੋ ਛੂਤੀਆਂ ਬਿਮਾਰੀਆਂ ਦੇ ਖਤਰਿਆਂ ਦਾ ਲਿਹਾਜ਼ ਨਾਲ ਸੁਰੱਖਿਅਤ ਹੋਵੇਗਾ। ਸੀਡੀਸੀ ਮੁਤਾਬਕ ਇਸ ਮਦਦ ਨਾਲ ਆਈਸੀਐਮਆਰ ਸੰਸਥਾਵਾਂ ਨੂੰ ਉੱਭਰਦੇ ਅਤੇ ਫਿਰ ਤੋਂ ਉੱਭਰਦੇ ਰੋਗਾਂ ਨੂੰ ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲੇਗੀ। ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਇਸ ਦੇ ਪ੍ਰਮੁੱਖ ਉਦੇਸ਼ਾਂ ਵਿੱਚ ਸਿਹਤ ਅਧਾਰਿਤ ਦ੍ਰਿਸ਼ਟੀਕੋਣ ذریعے ਜੁਨੇਟਿਕ ਬਿਮਾਰੀ ਦੇ ਪ੍ਰਕੋਪ ਦਾ ਪਤਾ ਲਗਾਉਣਾ ਅਤੇ ਉਸ ਨੂੰ ਕੰਟਰੋਲ ਕਰਨਾ ਵੈਕਸੀਨ ਸੁਰੱਖਿਆ ਨਿਗਰਾਨੀ ਪ੍ਰਣਾਲੀਆਂ ਦਾ ਮੁਲਾਂਕਣ ਕਰਨਾ ਮਹਾਮਾਰੀ ਵਿੱਚ ਜਨਤਕ ਸਿਹਤ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਸ ਨਾਲ ਨਜਿੱਠਣਾ ਆਦਿ ਸ਼ਾਮਿਲ ਹੈ। ਬੀਤੇ ਦਿਨ ਅਮਰੀਕਾ ਵਿੱਚ ਵੱਖ-ਵੱਖ ਆਉਧਿਆਂ ਲਈ ਪ੍ਰਾਇਮਰੀ ਚੋਣਾਂ ਹੋ ਕੇ ਹਟੀਆਂ ਨੇ। ਇਸ ਤਰ੍ਹਾਂ ਕੈਲੀਫੋਰਨੀਆ ਵਿੱਚ ਵੀ ਸਿੱਖ ਪਾਈਚਾਰੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਗਈ ਅਤੇ ਇਹਨਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੈਕਰਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਵਜੋਂ ਚੋਣ ਲੜ ਰਹੇ ਤਿੰਨ ਹੋ ਨੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਰੱਖੀ ਗਈ ਪਾਰਟੀ ਦੌਰਾਨ ਸਿੱਖ ਕੌਮ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਬੜਾ ਧੰਨਵਾਦੀ ਹਾਂ ਕਿ ਸਿੱਖ ਕੌਮ ਨੇ ਮੇਰੀ ਚੋਣ ਮੁਹਿੰਮ ਦੌਰਾਨ ਵੱਧ ਚੜ ਕੇ ਯੋਗਦਾਨ ਪਾਇਆ ਉਹਨਾਂ ਨੇ ਕਿਹਾ ਕਿ ਮੈਂ ਸਿੱਖ ਕੌਮ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਇਹ ਇੱਕ ਮਿਹਨਤ ਕਸ਼ ਕੌਮ ਉਨਾ ਕਿਹਾ ਕਿ ਅਮਰੀਕਾ ਦੇ ਅਰਥਚਾਰੇ ਵਿੱਚ ਸਿੱਖਾਂ ਦਾ ਬੜਾ ਵੱਡਾ ਚੰਗਾ ਯੋਗਦਾਨ ਹੈ ਜ਼ਿਕਰ ਹੋ ਗਿਆ ਕਿ 3HO ਦੀ ਕੈਂਪੇਨ ਲਈ ਸਿੱਖ ਪਾਈਚਾਰੇ ਵੱਲੋਂ ਸੈਕਰਾਮੈਂਟੋ ਵਿੱਚ ਵਕ-ਵਕ ਥਾਵਾਂ ਤੇ ਵੱਧ ਚੜ ਕੇ ਫੰਡ ਰੇਜ਼ ਕੀਤਾ ਗਿਆ ਸੀ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸਰਦਾਰ ਗੁਰਜਤਿੰਦਰ ਸਿੰਘ ਰੰਦਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ 3HO ਦੇ ਡਿਸਟ੍ਰਿਕਟ ਐਟਾਰਨੀ ਜਿੱਤਨ ਨਾਲ ਇੱਥੇ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਠੱਲ ਪਾਈ ਜਾ ਸਕਦੀ ਹੈ ਉੰਨਾਂ ਕਿਹਾ ਕਿ ਚਾਹੇ ਸਟੋਰਾਂ ਵਾਲੇ ਹੋਣ ਚਾਹੇ ਟਰੱਕ ਆਪਰੇਟਰ ਹੋਣ ਚਾਹੇ ਹੋਟਲ ਜਾਂ ਹੋਰ ਵਪਾਰੀ ਹੋਣ ਸਾਰਿਆਂ ਨੂੰ ਡਿਸਟ੍ਰਿਕਟ ਅਟਾਉਨ ਨੇ ਦੀ ਮਦਦ ਲੈਣੀ ਪੈਂਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲੈਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਜਸਮੀਤ ਸਿੰਘ ਚਿੱਟੀ ਭੁਪਿੰਦਰ ਸਿੰਘ ਸੰਗੇੜਾ ਜੋ ਜੋਹਲ ਤੇਜਾ ਸਿੰਘ ਵਰਗ ਅਤੇ ਸਰਦਾਰ ਹੁੰਦਲ ਵੀ ਹਾਜ਼ਰ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਵਾੰਡਾ ਵਿੱਚ ਅਗਲੇ ਹਫਤੇ ਹੋਣ ਵਾਲੀ ਰਾਜ ਮੁਖੀਆਂ ਦੀ ਮੀਟਿੰਗ ਤੋਂ ਇਲਾਵਾ ਜੂਨ ਦੇ ਅੰਤ ਵਿੱਚ ਜੀ7 ਅਤੇ ਨਾਟੋ ਸਿਖਰ ਸੰਮੇਲਨ ਲਈ ਜਰਮਨੀ ਅਤੇ ਸਪੇਨ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਘੋਸ਼ਣਾ ਕੀਤੀ ਕਿ ਉਹ ਕਿਗਾਲੀ ਰਵਾੰਡਾ ਵਿੱਚ ਰਾਸ਼ਟਰ ਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ C H O G M ਜਰਮਨੀ ਦੇ ਸ਼ੋਕੋਜ਼ ਐਲਮਾਨੂ ਵਿਕੇ ਜੀ7 ਸਿਖਰ ਸੰਮੇਲਨ ਅਤੇ ਮੈਦ੍ਰਿਡ ਸਪੇਨ ਵਿੱਚ ਨਾਟੋ ਸੰਮੇਲਨ ਵਿੱਚ ਹਿੱਸਾ ਲੈਣਗੇ ਬੁੱਧਵਾਰ ਨੂੰ ਇੱਕ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਟਰੂਡੋ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇ ਦੁਆਰਾ ਆਯੋਜਿਤ ਇੱਕ ਅਧਿਕਾਰਿਤ ਦਵੱਲੇ ਦੌਰੇ ਵਿੱਚ ਵੀ ਸ਼ਾਮਲ ਹੋਣਗੇ ਬਿਆਨ ਵਿੱਚ ਅੱਗੇ ਦੱਸਿਆ ਗਿਆ ਕਿ 26-28 ਜੂਨ ਤੱਕ ਜੀ7 ਸਿਖਰ ਸੰਮੇਲਨ ਵਿੱਚ ਟਰੂਡੋ ਰੂਸ ਖਿਲਾਫ ਯੂਕਰੇਨ ਲਈ ਸਮਰਥਨ ਵਿਦਾਉਟ ਦੀ ਮੰਗ ਕਰਨਗੇ ਜੱਦ ਕਿ ਜਲਵਾਯੂ ਕੋਵਿਡ-19 ਲੋਕਤੰਤਰ ਮਨੁੱਖੀ ਅਧਿਕਾਰਾਂ ਅਤੇ ਲਿੰਗ ਸਮਾਨਤਾ ਬਾਰੇ ਵੀ ਗੱਲ ਕਰਨਗੇ ਬਿਆਨ ਦੇ ਅਨੁਸਾਰ ਆਖਰੀ ਪੜਾ 28 30 ਜੂਨ ਤੱਕ ਮੈਦ੍ਰਿਡ ਸਪੇਨ ਵਿੱਚ ਨਿਰਧਾਰਿਤ ਹੈ ਜਿੱਥੇ ਪ੍ਰੀਮੀਅਰ ਯੂਕਰੇਨ ਵਿੱਚ ਜੰਗ ਅਤੇ ਗੱਠ ਜੋੜਨੋਂ ਖਤਰਿਆਂ ਬਾਰੇ ਵਿਚਾਰ ਵਟਾਂਦਰੇ ਲਈ ਨਾਟੋ ਦੇ ਸਮਾमेलन ਵਿੱਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ 30 ਜੂਨ ਨੂੰ ਸ਼ਿਖਰ ਸਮਾमेलन ਤੋਂ ਇਲਾਵਾ ਤਰੂਡੋ ਸਪੇਨ ਦੇ ਪ੍ਰਧਾਨ ਮੰਤਰੀ ਪੇड्रो ਸਾਂਚੇਜ਼ ਨਾਲ ਇੱਕ ਏਜੰਡੇ ਤੇ ਮੁਲਾਕਾਤ ਕਰਨਗੇ ਜਿਸ ਵਿੱਚ ਇੱਕ ਵਾਰ ਫਿਰ ਜਲਵਾਯੂ ਲੋਕਤੰਤਰ ਮਨੁੱਖੀ ਅਧਿਕਾਰ ਅਤੇ ਲਿੰਗ ਸਮਾਨਤਾ ਤੇ ਚਰਚਾ ਹੋਵੇਗੀ ਜੀ7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਟਰੂਡੋ 23-25 ਜੂਨ ਤੱਕ ਕਿਗਾਲੀ ਰਵਾਂਡਾ ਦਾ ਦੌਰਾ ਕਰਨਗੇ ਜਿੱਥੇ ਉਹ ਰਾਸ਼ਟਰ ਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਨੇ ਕੈਨੇਡਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੱਕ ਪਹੁੰਚ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਕੈਨੇਡਾ ਵਿੱਚ ਭਾਰਤ ਛੇਰਾਂ ਦੀ ਇੱਕ ਲੜੀ ਸਥਾਪਿਤ ਕੀਤੀ ਜਾ ਰਹੀ ਹੈ ਇਹ ਚੇਅਰਸ ਭਾਰਤ ਦੇ ਅਕਾਦਮਿਕਾਂ ਦੁਆਰਾ ਕਬਜ਼ੇ ਵਿੱਚ ਹੋਣ ਲਈ Indian Council for Cultural Relations ICCR ਅਤੇ ਕੈਨੇਡੀਅਨ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਸਮਝੌਤਿਆਂ ਦੀ ਸਰਪ੍ਰਸਤੀ ਹੇਠ ਬਣਾਈਆਂ ਜਾ ਰਹੀਆਂ ਨੇ ਇਸ ਸਬੰਧ ਵਿੱਚ ਸਭ ਤੋਂ ਪਹਿਲਾ ਸਮਝੌਤਾ ਪੱਤਰ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ SFU ਨਾਲ ਹਸਤਾਖਰ ਦੁਆਰਾ ਕੀਤਾ ਗਿਆ ਜਿਸ ਤਹਿਤ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ Indian Council of Cultural Relations ਦੀ 파ਰਤੀ ਸਟਡੀ ਚੇਅਰ ਸਥਾਪਿਤ ਕੀਤੀ ਗਈ ਜਿਸ ਨੂੰ ICCR ਫੰਡ ਮੁਹੱਈਆ ਕਰਾਏਗੀ 5 ਸਾਲ ਲਈ ਕੀਤਾ ਗਿਆ ਸਮਝੌਤਾ ਭਾਰਤ ਤੋਂ ਕੈਨੇਡਾ ਦੇ ਵਿਦਿਅਕ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਕੁਝ ਸਮਾਂ ਪਹਿਲਾਂ ਭਾਰਤ ਦੇ ਚਾਰ ਉੱਗੇ ਵਿਦਵਾਨ ਵੀ ਇਸ ਯੂਨੀਵਰਸਿਟੀ ਵਿਖੇ ਆਏ ਸਨ MOU ਸਹਿਬਤ ਕਰਨ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਅਟਾਰਨੀ ਜਨਰਲ ਤੇ ਯੂਨੀਵਰਸਿਟੀ ਵਿੱਚ ਭਰਤੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਲੀ ਉੱਪਲ ਤੇ ਇੰਡੀਅਨ ਕੌਂਸਲੇਟ ਮਨਜੀਤ ਗਰੋਵਰ ਹਾਜ਼ਰ ਸਨ ਵੈਨਕੂਵਰ ਵਿੱਚ ਭਾਰਤ ਦੇ ਕੌਂਸਲ ਜਨਰਲ ਮਨੀਸ਼ ਨੇ ਯੂਨੀਵਰਸਿਟੀ ਦੀ ਤਰਫੋਂ ਐਸ ਐਮ ਯੂ ਦੇ ਪ੍ਰਧਾਨ ਅਤੇ ਵਾਇਸ ਚਾਂਸਲਰ ਡਾਕਟਰ ਜੋਏ ਜான்ਸਨ ਦੇ ਨਾਲ ਆਈ ਸੀ ਸੀ ਆਰ ਦੀ ਨੁਮਾਇੰਦਗੀ ਕੀਤੀ। ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਈਡੀ ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਤਹਿਤ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਰਾਜ ਭਵਨ ਦਾ ਕਿਰਾਉ ਕਰਨ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਬੈਰੀਕੇਡ ਲਗਾ ਕੇ ਪੰਜਾਬ ਕਾਂਗਰਸ ਭਵਨ ਨੇੜੇ ਰੋਕ ਲਿਆ ਜਦੋਂ ਇਸ ਦੌਰਾਨ ਕਾਂਗਰਸੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਰੋਕਣ ਲਈ ਵਰਕਰਾਂ ਤੇ ਪਾਣੀ ਦੀਆਂ ਬਾਚਣਾ ਛੱਡੀਆਂ ਜਾਣਕਾਰੀ ਮੁਤਾਬਕ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਜੇ ਹੱਕੀ ਕੀਤਾ ਜੋ ਉਹਨਾਂ ਨੂੰ ਤਿੰਨ ਵਾਰ ਬੁਲਾਇਆ ਗਿਆ ਦਿੱਲੀ ਪੁਲਿਸ ਨੇ ਅੱਜ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਸਾਡੇ ਸੰਸਦ ਮੈਂਬਰਾਂ ਦੀ ਕੁੱਟਮਾਰ ਕੀਤੀ ਹੈ ਅਜਿਹੀ ਬਦਲਾਖੋਰੀ ਵਾਲੀ ਸਿਆਸਤ ਪਹਿਲਾਂ ਕਦੇ ਨਹੀਂ ਦੇਖੀ ਗਈ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਬੈਰੀਕੇਡ ਤੇ ਝੜ ਗਏ ਰਾਜਾ ਵੜਿੰਗ ਦੀ ਪੁਲਿਸ ਨਾਲ ਬਹਿਸ ਹੋਈ ਯੂਥ ਕਾਂਗਰਸ ਦੇ ਪ੍ਰਧਾਨ ਬਰਜਿੰਦਰ ਢਿੱਲੋਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੰਟਿਆਂ ਵੱੱਦੀ ਜਾਣਬੁੱਝ ਕੇ ਬਿਠਾ ਕੇ ਰੱਖਿਆ ਜਾ ਰਿਹਾ ਹੈ ਜਦ ਕਿ ਸਭ ਕੁਝ ਕਾਗਜ਼ਾਂ ਵਿੱਚ ਲਿਖਿਆ ਹੋਇਆ ਹੈ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਸਿਆਸੀ ਬਦਲਖੋਰੀ ਤਹਿਤ ਅਜੇ ਹੀ ਕਾਰਵਾਈ ਕਰ ਰਹੀ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਸਮੂਹ ਠੇਕਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਂਝੇ ਪਲੇਟਫਾਰਮ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਵਿਖੇ ਪੰਜਾਬ ਸਰਕਾਰ ਵਿਰੁੱਧ ਸੂਬਾ ਪਦਰੀ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ ਇਸ ਵਿੱਚ ਪੰਜਾਬ ਪਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਠੇਕਾ ਕਾਮ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਿਲ ਹੋਏ ਵਕਫ ਵਕ ਜਥੇਬੰਦੀਆਂ ਦੇ ਕਾਫਲੇ ਮਾਰਚ ਕਰਦੇ ਹੋਏ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸੰਗਰੂਰ ਰੋਡ ਜਾਮ ਕਰਨ ਉਪਰੰਤ ਪੰਜਾਬ ਸਰਕਾਰ ਵਿਰੁੱਧ ਰੋਜ਼ ਪ੍ਰਦਰਸ਼ਨ ਕਰਕੇ ਜਮ ਕੇ ਨਾਰੀਬਾਜ਼ੀ ਕੀਤੀ ਗਈ ਇਸ ਪ੍ਰਦਰਸ਼ਨ ਵਿੱਚ ਠੇਕਾ ਕਾਮੇ ਗਰਮੀ ਦੀ ਤਪਸ਼ ਦੀ ਬਿਨਾਂ ਪਰਵਾਹ ਕੀਤੇ ਡਟੇ ਰਹੇ ਇਸ ਦੌਰਾਨ ਜਿੱਥੇ ਮੋਰਚੇ ਤੇ ਬੈਨਰ ਹੇਟ ਸ਼ੁਰੂ ਹੋਇਆ ਪਹਿਲੇ ਪੜਾ ਦਾ ਸੰਘਰਸ਼ ਸਫਲ ਰਿਹਾ ਉਥੇ ਮੰਗਾ ਮਣਵਾਉਣ ਤੱਕ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂਆ ਵਰਿੰਦਰ ਸਿੰਘ ਮੂਮੀ ਜਗਰੂਪ ਸਿੰਘ ਗੁਰਵਿੰਦਰ ਸਿੰਘ ਪੰਨੂ ਬਲਿਹਾਰ ਸਿੰਘ ਆਦ ਨੇ ਕਿਹਾ ਕਿ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤਾਂ ਉਦੋਂ ਲੋਕਾਂ ਵਿੱਚ ਬਦਲਾਅ ਲਿਆਉਣ ਦਾ ਨਾਅਰਾ ਦਿੱਤਾ ਗਿਆ ਸੀ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਕਦਮਾਂ ਤੇ ਚੱਲਦੇ ਆ ਪਹਿਲਾਂ ਤੋਤੇ ਕਾਰਪੋਰੇਟ ਸੇਵਾ ਦੇ ਮੁਨਾਫੇ ਲਈ ਸਰਕਾਰੀ ਵਿਭਾਗਾਂ ਦਾ ਨਿਜੀਕਰਨ ਪੰਚਾਇਤੀਕਰਨ ਕੇਂਦਰੀਕਰਨ ਕਰਨ ਦੇ ਹਮਲੇ ਨੂੰ ਹੋਰ ਤੇਜ਼ ਕੀਤਾ ਹੈ ਮੌਜੂਦਾ ਸਰਕਾਰ ਵੱਲੋਂ ਕੇਂਦਰ ਦੇ ਡੈਮ ਸੇਫਟੀ ਕਾਨੂੰਨ ਨਾਲ ਸਹਿਮਤੀ ਕਰਕੇ ਪੰਜਾਬ ਦੇ ਡੈਮਾਂ ਅਤੇ ਪਾਣੀ ਤੋਂ ਰਾਜ ਦਾ ਅਧਿਕਾਰ ਖਤਮ ਕਰਕੇ ਇਸ ਨੂੰ ਕੇਂਦਰੀ ਕੰਟਰੋਲ ਅਧੀਨ ਲਿਆਉਣ ਦੇ ਫੈਸਲੇ ਨਾਲ ਸਹਿਮਤੀ ਕਰਕੇ ਪਾਣੀਆਂ ਦੇ ਨਿੱਜੀਕਰਨ ਦਾ ਰਾਹ ਸਾਫ਼ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਰਵਾਲ ਤਰਮਸ਼ਾਲਾ ਤਪਾ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਿੱਤੇ ਉਪਦੇਸ਼ ਤੇ ਚੱਲਣ ਵਾਲੀ ਪਾਰਟੀ ਹੈ ਉਹਨਾਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਜ਼ੁਲਮ ਕਰਨਾ ਵੀ ਬੁਰਾ ਹੈ ਅਤੇ ਸਹਿਣਾ ਵੀ ਬੁਰਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੇ ਨਾ ਕੋਈ ਡਾਕਾ ਮਾਰਿਆ, ਨਾ ਕੋਈ ਚੋਰੀ ਕੀਤੀ। ਉਹਨਾਂ ਨੇ ਸਮੇਂ ਦੇ ਸਰਕਾਰ ਵੱਲੋਂ ਸਿੱਖ ਧਰਮ ਅਤੇ ਸਿੱਖ ਕੌਮ ਤੇ ਜੋ ਜ਼ੁਲਮ ਕੀਤੇ ਸਨ, ਉਹਨਾਂ ਜ਼ੁਲਮਾਂ ਨੂੰ ਬੰਦੀ ਸਿੰਘ ਸਹਾਰ ਨਹੀਂ ਸਕੇ ਅਤੇ ਉਹਨਾਂ ਨੂੰ ਇਸ ਕਰਕੇ ਹੀ ਜੇਲ੍ਹਾਂ 'ਚ ਜਾਣਾ ਪਿਆ। ਉਹਨਾਂ ਕਿਹਾ ਕਿ ਪਾਈ ਰਜਵਾਨ 22 ਸਾਲ ਤੂੰ ਜੇਲ੍ਹ ਵਿੱਚ ਬੰਦ ਰਹੇ ਅਤੇ ਉਸ ਨੂੰ ਆਪਣੇ ਪਿਤਾ ਦੇ ਭੋਗ ਤੇ ਸਿਰਫ ਇੱਕ ਘੰਟੇ ਦੀ ਪੈਰੋਲ ਤੇ ਛੁੱਟੀ ਮਿਲੀ ਸੀ ਅਤੇ ਉਸ ਨੂੰ 8 ਗੁਣਾ 8 ਦੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਉਸ ਨੂੰ ਕਿਹਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਤਾਂ ਉਸ ਕੋਲ ਅਫਸਰਾਂ ਨੇ ਇੱਕ ਚਿੱਠੀ ਪੇਸ਼ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਨੇ ਪਾਈ ਰਜਵਾਨਾ ਨੂੰ ਫਾਂਸੀ ਦੀ ਤਾਰੀਖ ਤੈਅ ਕਰ ਦਿੱਤੀ ਹੈ ਇਸ ਫਾਂਸੀ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਤਸਕਤ ਜ਼ਰੂਰੀ ਨੇ ਪਰ ਮੁੱਖ ਮੰਤਰੀ ਦੇ ਤਸਕਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਅਫਸਰਾਂ ਨੇ ਕਿਹਾ ਕਿ ਜੇ ਤਸਕਤ ਨਾ ਕੀਤੇ ਤਾਂ ਸੁਪਰੀਮ ਕੋਰਟ ਸਰਕਾਰ ਤੋੜ ਸਕਦੀ ਹੈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਵੱਡੇ ਵੱਡੇ ਬਿਆਨਾਂ ਨਾਲ ਪੰਜਾਬੀਆਂ ਨੂੰ ਗੁੰਮਰਾਹਨਾ ਕਰਨ ਕੇ ਸਰਕਾਰ ਪਿੰਡਾਂ ਤੋਂ ਚੱਲੇਗੀ ਜਦ ਕਿ ਦਿਹਾਤੀ ਖੇਤਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਵੱਧ ਅਣਡਿੱਠ ਕੀਤਾ ਅਤੇ ਆਮ ਆਦਮੀ ਦੀ ਸੁਰੱਖਿਆ ਤੇ ਨਾਂ ਤੇ ਅਸਲ ਵਿੱਚ ਕੱਖ ਨਹੀਂ ਕੀਤਾ ਵਿਧਾਨ ਸਭਾ ਵਿੱਚ ਪਹਿਲੇ ਦਿਨ ਸਾਈਕਲ ਤੇ ਜਾਣ ਵਾਲੇ ਨਾਬਾਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਲ ਖਾਸ ਮੁਲਾਕਾਤ ਕੀਤੀ ਗਈ ਇਸ ਦੌਰਾਨ ਵਿਧਾਇਕ ਦੇਵਮਾਨ ਨੇ ਪੰਜਾਬ ਦੀ ਸਿਆਸਤ ਨਾਲ ਜੁੜੇ ਮੁੱਦੇ ਸੁਣੇ ਸੂਬੇ ਅੰਦਰ ਪੈਰ ਪਸਾਰੀ ਬੈਠੇ ਟਰਾਂਸਪੋਰਟ ਮਾਫੀਆ ਗੈਂਗਸਟਰ ਤੇ ਹੋਰ ਕਈ ਮੁੱਦਿਆਂ ਤੇ ਖੁੱਲ ਕੇ ਗੱਲਬਾਤ ਕੀਤੀ ਇਸ ਦੌਰਾਨ ਦੇਵਮਾਨ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂਆਂ ਸੁਣੇ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ ਤੇ ਗੰਭੀਰ ਦੋਸ਼ ਵੀ ਲਗਾਏ ਟਰਾਂਸਪੋਰਟ ਮਾਫੀਆ ਬਾਰੇ ਗੱਲ ਕਰਦਿਆਂ ਦੇਵਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਨੇ ਕਾਫੀ ਪੈਰ ਪਸਾਰੇ ਹੋਏ ਨੇ ਸੜਕਾਂ ਤੇ ਸਰਕਾਰੀ ਬੱਸਾਂ ਦਾ ਬਿਲਕੁਲ ਵੀ ਨਜ਼ਰ ਨਹੀਂ ਆ ਰਹੀਆਂ ਜ਼ਿਆਦਾਤਰ ਬੱਸਾਂ ਤਾਂ ਮਿਲੀ ਪਗਤ ਨਾਲ ਬੰਦ ਕਰ ਦਿੱਤੀਆਂ ਗਈਆਂ ਨੇ ਪੀ ਆਰਟੀਸੀ ਦੀ ਹਾਲਤ ਬਹੁਤ ਵਧੀਆ ਨਹੀਂ ਹੈ ਪਰ ਹੁਣ ਆਪ ਸਰਕਾਰ ਅਗਲੇ 6 ਮਹੀਨਿਆਂ ਵਿੱਚ ਸਰਕਾਰੀ ਬੱਸਾਂ ਦੀ ਨਿਹਾਰ ਬਦਲ ਦੇਵੇਗੀ ਨਵੀਆਂ ਬੱਸਾਂ ਚਲਾਈਆਂ ਜਾ ਰਹੀਆਂ ਨੇ ਅਤੇ ਨਵੇਂ ਰੂਟ ਵੀ ਸ਼ੁਰੂ ਕਰ ਦਿੱਤੇ ਜਾਣਗੇ ਜਿੱਥੋਂ ਤੱਕ ਗੱਲ ਮਾਫੀਆ ਦੀ ਹੈ ਤਾਂ ਦੱਸ ਦਵਾਂ ਕਿ ਇੱਕ ਇੱਕ ਪਰਮਿਟ ਤੇ 2 2 4 4 ਬੱਸਾਂ ਚੱਲ ਰਹੀਆਂ ਨੇ ਜਲਦ ਪੰਜਾਬ ਤੋਂ ਟਰਾਂਸਪੋਰਟ ਮਾਫੀਆ ਖਤਮ ਹੋ ਜਾਵੇਗਾ ਦੇਵਮਾਨ ਨੇ ਸਕਾਲਰਸ਼ਿਪ ਸਕੀਮ ਬਾਰੇ ਗਲ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਕਪਲਾ ਕੀਤਾ ਗਿਆ ਇੱਕ ਦਰਖਤ ਨੂੰ ਕੱਟਣ ਬਦਲੇ 500 ਰੁਪਏ ਲਏ ਗਏ ਦੇਵਮਾਨ ਨੇ ਦੋਸ਼ ਲਗਾਇਆ ਕਿ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਰੁਪਏ ਦਾ ਸਕਾਲਰਸ਼ਿਪ ਕਪਲਾ ਕੀਤਾ ਜਿਸ ਦੇ ਬਦਲੇ ਮੈਂ ਕਾਂਗਰਸ ਸਰਕਾਰ ਸਮੇਂ 12 ਦਿਨ ਧਰਮਸੋਤ ਦੀ ਰਹਾਇਸ਼ ਦੇ ਬਾਹਰ ਧਰਨੇ ਤੇ ਵੀ ਬੈਠਾ ਰਿਹਾ ਹਾਂ ਜਿਸ ਬਦਲੇ ਮੇਰੇ ਤੇ ਤਿੰਨ ਪਰਚੇ ਵੀ ਦਰਜ ਕਰ ਦਿੱਤੇ ਗਏ ਸਨ ਇਸ 64 ਕਰੋੜ ਦੇ ਕਪਲੇ ਤੇ ਜਲਦ ਹੀ ਮਾਨ ਸਰਕਾਰ ਐਕਸ਼ਨ ਲੈਣ ਜਾ ਰਹੀ ਹੈ ਇਹ ਤਾਂ ਹਾਲੇ ਇੱਕ ਕੜੀ ਹੈ ਦੂਜੀ ਕੜੀ ਜੰਗਲਾਤ ਵਿਭਾਗ ਤੀਜੀ ਸਟੇਸ਼ਨਰੀ ਦੀ ਖਰੀਦੋ ਫਰੋਖਤ ਦੇ ਵਿੱਚ ਕਪਲਾ ਅਤੇ ਕਈ ਕੜੀਆਂ ਨੇ ਜਿਨ੍ਹਾਂ ਦੀ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ ਦੇ ਮੰਨ ਨੇ ਦਾਵਾ ਕਰਦਿਆ ਕਿਹਾ ਕਿ ਕਪਲਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਯੂਪੀ ਹਿਮਾਚਲ ਸਣੇ ਪੰਜਾਬ ਵਿੱਚ ਕਈ ਥਾਈਂ ਪ੍ਰਾਪਰਟੀ ਵੀ ਖਰੀਦੀ ਗਈ ਹੈ ਸਭ ਦੀਆਂ ਪਰਤਾਂ ਹੌਲੀ-ਹੌਲੀ ਖੁੱਲਣਗੀਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜਿੱਥੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਉੱਥੇ ਪੰਚਾਇਤ ਮੰਤਰੀ ਕੁਲਦੀਪ ਤਾਲੀਵਾਲ ਦੇ ਕੰਮਾਂ ਨੂੰ ਭਰਪੂਰ ਸਲਾਹਿਆ। ਵਰਣਨਯੋਗ ਹੈ ਕਿ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਦੇ ਸਿਆਸੀ ਪ੍ਰਭਾਵ ਹੇਠ ਹਜ਼ਾਰਾਂ ਏਕੜ ਜ਼ਮੀਨਾਂ ਤੇ ਪ੍ਰਭਾਵਸ਼ਾਲੀ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜਦੋਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੁਲਦੀਪ ਤਾਲੀਵਾਲ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣ ਵਾਲੀਆਂ ਸੰਗਰੂੜ ਲੋਕ ਸਭਾ ਜ਼ਿਮਨੀ ਚੋਣਾਂ ਦੇ ਮੱਦੇ ਨਜ਼ਰ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਬਰਨਾਲਾ ਦੇ ਹਲਕਾ ਪਦੌੜ ਵਿਖੇ ਰੋਡ ਸ਼ੋਅ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਦੀ ਅਪੀਲ ਕੀਤੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਪਦੌੜ ਉਹ ਹਲਕਾ ਹੈ ਜਿਸ ਦਾ ਚਰਚਾ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਅਤੇ ਸਭ ਇਸ ਦੇ ਨਾਂ ਨੂੰ ਜਾਣਨ ਲੱਗ ਪਏ ਨੇ ਇਸ ਦਾ ਕਾਰਨ ਇਹ ਹੈ ਕਿ ਇੱਥੋਂ ਦੇ ਆਪ ਵਿਧਾਇਕ ਜੋ ਕਿ ਸਧਾਰਨ ਪਰਿਵਾਰ ਤੋਂ ਸਿਆਸਤ ਵਿੱਚ ਆਏ ਨੇ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਨਾਲ ਜਤਾਇਆ ਮੁੱਖ ਮੰਤਰੀ ਮਾਨ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਹੀ 2014 ਵਿੱਚ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ ਜਿਸ ਦੇ ਸਦਕਾ ਉਹਨਾਂ ਨੇ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕ ਦੀ ਆਵਾਜ਼ ਚੁੱਕੀ ਸੀ ਜਿਸ ਕਾਰਨ ਜਨਤਾ ਨੇ ਉਹਨਾਂ ਨੂੰ ਪੰਜਾਬ ਦੀ ਆਵਾਜ਼ ਵਜੋਂ ਦੇਖਦਿਆਂ ਹੋਇਆਂ ਇਹ ਮੁਕਾਮ ਦਵਾਇਆ ਹੈ ਉਹਨਾਂ ਕਿਹਾ ਕਿ ਜਨਤਾ ਦੇ ਪਿਆਰ ਅਤੇ ਸਾਥ ਨਹੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੈ ਉਹਨਾਂ ਕਿਹਾ ਕਿ ਹੁਣ ਜਨਤਾ ਦੀ ਜ਼ਿੰਮੇਵਾਰੀ ਖਤਮ ਹੋ ਗਈ ਹੈ ਅਤੇ ਉਹਨਾਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਕੀਤੀ ਜਾਵੇਗੀ ਪਰ ਇਸ ਵਿੱਚ ਸਮਾਂ ਲੱਗੇਗਾ ਕਿਉਂਕਿ ਇਹ 70 ਸਾਲ ਉਲਝੀ ਹੋਈ ਤਾਣੀ ਹੈ ਜਿਸ ਨੂੰ 2-3 ਮਹੀਨਿਆਂ ਵਿੱਚ ਸੁਲਝਾਇਆ ਨਹੀਂ ਜਾ ਸਕਦਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਲਈ ਕਈ ਭ੍ਰਿਸ਼ਟਾਚਾਰੀ ਲੋਕਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਕਈਆਂ ਨੂੰ ਕਾਬੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਲਿਸਟ ਬਹੁਤ ਲੰਮੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਲੋਕਾਂ ਦੇ ਹੱਕ ਵਿੱਚ ਪੈਸਾ ਖਾਧਾ ਹੈ ਉਹਨਾਂ ਨੂੰ ਖਜ਼ਾਨੇ 'ਚੋਂ ਵਾਪਸ ਲਿਆ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ ਕਿਉਂਕਿ ਉਸ ਪੈਸੇ ਤੇ ਪੰਜਾਬੀਆਂ ਦਾ ਹੀ ਹੱਕ ਹੈ ਬਸ ਇਹ ਸਭ ਲਈ ਉਹਨਾਂ ਨੂੰ ਸਮਝ ਆ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5801 एकड़ ਦੀ ਸਰਕਾਰੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛਡਵਾ ਲਏ ਨੇ ਜਿਸ ਦਾ ਲਾਭ ਆਮ ਜਨਤਾ ਨੂੰ ਹੋਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਾਬਕਾ ਫੌਜੀ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਜ਼ਮੀਨੀ, ਫੌਜ ਸਮੁੰਦਰੀ ਫੌਜ ਅਤੇ ਹਵਾਈ ਫੌਜ ਵਿੱਚ ਫੌਜੀਆਂ ਦੀ ਭਰਤੀ ਸੰਬੰਧੀ ਅਗਨੀ ਪੱਤਰ ਯੋਜਨਾ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਯੋਜਨਾ ਤਹਿਤ ਫੌਜੀਆਂ ਦੀ ਭਰਤੀ 4 ਸਾਲ ਦੀ ਮਿਆਦ ਲਈ ਕੰਟਰੈਕਟ ਬੇਸ ਤੇ ਕੀਤੀ ਜਾਵੇਗੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਾਫ ਦਾ ਫੌਜੀ ਅਧਿਕਾਰੀਆਂ ਨੂੰ ਪ੍ਰਤੀਯੋਗਤਾ ਪਸੰਦ ਨਹੀਂ ਆਈ ਸਿੱਖ ਰੈਜੀਮੈਂਟ ਵਿੱਚ ਆਪਣੀ ਸੇਵਾ ਤੋਂ ਮੁਕਤ ਹੋ ਚੁੱਕੇ ਸਾਫ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੌਜੀ ਪ੍ਰਤੀਦੀ ਨਵੀਂ ਪ੍ਰਕਿਰਿਆ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਿੱਖ ਰੈਜੀਮੈਂਟ ਸਿੱਖ ਲਾਈਟ ਇਨਫੈਂਟਰੀ ਗੋਰਖਾ ਰਾਈਫਲਸ ਰਾਜਪੂਤ ਰੈਜੀਮੈਂਟ ਜਾਤ ਰੈਜੀਮੈਂਟ ਵਗੈਰਾ ਸਿੰਗਲ ਕਲਾਸ ਰੈਜੀਮੈਂਟਾਂ ਦੀ ਹੋਂਦ ਲਈ ਖਤਰੇ ਦੀ ਘੰਟੀ ਹੈ ਇਹ ਪ੍ਰਤੀ ਅਖਿਲ ਭਾਰਤੀ ਅਖਿਲ ਵਰਗ 올 ਇੰਡੀਆ 올 ਕਲਾਸ ਦੇ ਆਧਾਰ ਤੇ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਨਾਲ ਕਈ ਰੈਜੀਮੈਂਟਾਂ ਦੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਆਏਗਾ ਜੋ ਵਿਸ਼ੇਸ਼ ਖੇਤਰਾ ਤੋਂ ਭ੍ਰਤੀਕਰਨ ਤੋਂ ਇਲਾਵਾ ਰਾਜਪੂਤਾਂ ਜਾਟਾਂ ਤੇ ਸਿੱਖਾਂ ਵਰਗੇ ਪਾਈਚਾਰਿਆਂ ਦੇ ਨੌਜਵਾਨਾਂ ਦੀ ਭ੍ਰਤੀਕਰਤੀਆਂ ਨੇ ਉਹਨਾਂ ਕਿਹਾ ਕਿ ਅਜੀਹਾ ਕਰਨ ਦਾ ਕਾਰਨ ਮੈਨੂੰ ਸਮਝ ਨਹੀਂ ਆ ਰਿਹਾ ਉਹਨਾਂ ਕਿਹਾ ਕਿ ਸਿੰਗਲ ਕਲਾਸ ਰੈਜੀਮੈਂਟ ਦੇ ਨਾਲ 올 ਇੰਡੀਆ 올 ਕਲਾਸ ਐਕਸਪੈਰੀਮੈਂਟ 80 ਦੇ ਦਹਾਕੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅਸਫਲ ਰਿਹਾ ਸੀ ਕੈਪਟਨ ਨੇ ਸਵਾਲ ਕਰਦੇ ਹੋਏ ਕਿਹਾ ਕਿ ਉਕਤ ਰੈਜੀਮੈਂਟਾਂ ਆਪਣੇ ਮੌਜੂਦਾ ਮਾਹੌਲ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਨੇ ਤਾਂ ਇਹਨਾਂ ਨੂੰ ਕਿਉਂ ਬਦਲੀਏ ਮੈਂ ਇਸ ਕਦਮ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਇਹਨਾਂ ਰੈਜੀਮੈਂਟਾਂ ਦੀਆਂ ਆਪਣੀਆਂ ਰਿਵਾਇਤਾਂ ਅਤੇ ਜਿਉਣ ਦਾ ਤਰੀਕਾ ਹੁੰਦਾ ਹੈ ਅਤੇ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਕਿਵੇਂ ਉਹ ਸਭ ਕਰਨ ਦੀ ਉਮੀਦ ਕਰ ਸਕਦੇ ਹੋ ਜੋ ਉਸ ਪਿਛੋਕਰ ਤੋਂ ਨਹੀਂ ਹੈ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ 4 ਸਾਲ ਦੇ ਕਾਰਜਕਾਲ ਦੇ ਨਾਲ ਇੱਕ ਫੌਜੀ ਕੋਲ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਫੌਜੀਆਂ ਦੇ ਬੁਨਿਆਦੀ ਤਜਰਬੇ ਨੂੰ ਇਕੱਠਾ ਕਰਨ ਲਈ ਮੁਸ਼ਕਲ ਨਾਲ ਲੋੜਿੰਦਾ ਸਮਾਂ ਹੋਵੇਗਾ ਉਹਨਾਂ ਕਿਹਾ ਕਿ ਇੱਕ ਫੌਜੀ ਲਈ ਅਤੀ ਆਧੁਨਿਕ ਰੂਪ ਨਾਲ ਪ੍ਰਭਾਵਸ਼ਾਲੀ ਹੋਣ ਲਈ 4 ਸਾਲ ਬਹੁਤ ਘੱਟ ਸਮਾਂ ਹੈ ਅਕਾਲੀ ਆਗੂ ਦੀ ਕਾਰ ਵਿੱਚੋਂ ਐਸਟੀਐਫ ਦੀ ਟੀਮ ਨੇ 70 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਟੀਮ ਨੇ ਕਾਰ ਨੂੰ ਰਕਵਾਉਣਾ ਚਾਹਿਆ ਤਾਂ ਮੁਲਜ਼ਮ ਨੇ ਟੱਕਰ ਮਾਰ ਕੇ ਐਸਟੀਐਫ ਦੀ ਕਾਰ ਨੂੰ ਪਲਟਾਉਣ ਦੇ ਚੱਕਰ ਵਿੱਚ ਖੁਦ ਦੀ ਆਪਣੀ ਕਾਰ ਦੁਰਘਟਨਾ ਕਰਸਤ ਕਰਕੇ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਸੂਚਨਾ ਮੁਤਾਬਕ ਖੈਰਾ ਪੱਟੀਆਂ ਨਹਿਰ ਕੋਟ ਖੜੀ ਐਸਟੀਐਫ ਟੀਮ ਦੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੂਰ ਮਹਿਲ ਰੋਡ ਫਿਲੌਰ ਦਾ ਰਹਿਣ ਵਾਲਾ ਜਤਿਨ ਸ਼ਰਮਾ 25 ਸਾਲ ਪੁੱਤਰ ਅਜੇ ਸ਼ਰਮਾ ਹੈਰੋਇਨ ਦੀ ਸਪਲਾਈ ਦੇਣ ਗੁਰਾਇਆ ਮਲ ਜਾਣ ਵਾਲਾ ਹੈ ਜਿਸ ਤੇ ਉਹ ਆਪਣੀ ਟੀਮ ਨਾਲ ਸੜਕ ਕੋਲ ਨਾਕਾਬੰਦੀ ਕਰਕੇ ਖੜੇ ਹੋ ਗਏ ਸਨ ਇਸੇ ਦੌਰਾਨ ਮੁਲਜ਼ਮ ਜਤਿਨ ਸ਼ਰਮਾ ਕਾਰ ਨੰਬਰ ਪੀਬੀ 11 ਏਜ਼ੈਡ ਵਿਚ ਜਿਉਂ ਹੀ ਉਹਨਾਂ ਕੋਲੋਂ ਤੇਜ਼ ਤਰਾਰ ਸਪੀਡ ਨਾਲ ਗੁਜ਼ਰਿਆ ਤਾਂ ਉਹਨਾਂ ਨੇ ਆਪਣੀ ਸਰਕਾਰੀ ਗੱਡੀ ਨਾਲ ਉਸ ਦਾ ਪਿੱਛਾ ਕਰਕੇ ਜਿਉਂ ਹੀ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਉਹਨਾਂ ਦੀ ਸਰਕਾਰੀ ਗੱਡੀ ਨੂੰ ਟੱਕਰ ਮਾਰ ਕੇ ਉਸ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਤੇ ਖੁਦ ਆਪਣੀ ਕਾਰ ਨੂੰ ਦੁਰਘਟਨਾ ਕਰਸ ਕਰ ਲਿਆ ਕਾਰ ਦਾ ਸ਼ੀਸ਼ਾ ਟੁੱਟ ਕੇ ਜਤਨ ਦੀ ਅੱਖ ਤੇ ਜਾ ਕੇ ਲੱਗਾ ਜਿਸ ਨਾਲ ਖੂਨ ਨਿਕਲਣ ਲੱਗ ਪਿਆ ਪੁਲਿਸ ਨੇ ਕਾਰ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 70 ਗ੍ਰਾਮ ਹਿਰੋਇਨ ਬਰਾਮਦ ਹੋਈ ਡੀ ਐਸ ਪੀ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਲੰਮੇ ਸਮੇਂ ਤੋਂ ਨਸ਼ਾ ਸਮਗਲਿੰਗ ਦੇ ਧੰਦੇ ਵਿੱਚ ਲੱਗਾ ਹੋਇਆ ਹੈ ਇਸ ਦੀਆਂ ਸੂਚਨਾਵਾਂ ਉਹਨਾਂ ਨੂੰ ਮਿਲ ਰਹੀਆਂ ਸਨ ਪਰ ਹਰ ਵਾਰ ਚੱਕਮਾ ਦੇ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ ਸੀ ਜਤਿੰਦਰ ਤੋਂ ਪਹਿਲਾਂ ਵੀ ਇਰਾਦਾਇਕ ਕਤਲ ਦਾ ਅਪਰਾਧਿਕ ਮੁਕੱਦਮਾ ਚੱਲ ਰਿਹਾ ਹੈ ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਕੇ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਸਵੇਰੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਉਸ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਡੀਐਸਪੀ ਰਾਜਕੁਮਾਰ ਨੇ ਇਹ ਵੀ ਦੱਸਿਆ ਕਿ ਜਤਿਨ ਜਿਸ ਨਿਸ਼ਾਨ ਦੀ ਸਨਿਕਾਰਜ ਫੜਿਆ ਗਿਆ ਉਹ ਇੱਕ ਅਕਾਲੀ ਨੇਤਾ ਦੀ ਦੱਸੀ ਜਾ ਰਹੀ ਹੈ ਉਸ ਅਕਾਲੀ ਨੇਤਾ ਦੀ ਇਸ ਵਿੱਚ ਕੀ ਭੂਮਿਕਾ ਹੋ ਸਕਦੀ ਹੈ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਪੰਜਾਬ ਦੇ ਜੰਗਲਾਤ ਕਪਲੇ ਦੀਆਂ ਪਰਤਾਂ ਦਿਨੋ ਦਿਨ ਉਜਾਗਰ ਹੋ ਰਹੀਆਂ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਕਪਲੇ ਵਿੱਚ ਸ਼ਾਮਿਲ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਉਣ ਲੱਗ ਪਏ ਨੇ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਪੀ ਅਤੇ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਏਆਈਜੀ ਆਸ਼ਿਸ਼ ਕਪੂਰ ਨੂੰ ਵਿੱਕੇਰੇ ਵਿੱਚ ਲਿਆ ਗਿਆ ਜੰਗਲਾਤ ਵਿਭਾਗ ਦੇ ਮੁਖ ਵਣਪਾਲ ਨੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਸਰਕਾਰੀ ਚਿੱਠੀ ਲਿਖ ਕੇ ਆਸ਼ਿਸ਼ ਕਪੂਰ ਨੂੰ ਮੁਹਾਲੀ ਵਿੱਚ ਬਣ ਰਹੀ ਆਪਣੀ ਕੋਠੀ ਵਿੱਚ ਲੱਖਾਂ ਰੁਪਏ ਦੀ ਲੱਕੜ ਦੀ ਵਰਤੋਂ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ ਚੀਫ ਫੋਰੇਸਟਰ ਨੇ ਐਸਪੀ ਸਮੇਤ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ ਪੰਜਾਬ ਦੇ ਜੰਗਲਾਤ ਵਿਭਾਗ ਵਿੱਚ ਜ਼ਿਲ੍ਹਾ ਮੋਹਾਲੀ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਕੋਲ ਬਣੇ ਫਾਰਮ ਹਾਊਸ ਦੀ ਅਲਾਟਮੈਂਟ ਦਾ ਵਿਵਾਦ ਵੀ ਚੱਲ ਰਿਹਾ ਹੈ ਇਸ ਨਾਲ ਦਰਖਤਾਂ ਦੀ ਕਟਾਈ ਦਾ ਮਾਮਲਾ ਵੀ ਪਖਣ ਲੱਗ ਪਿਆ ਹੈ ਇਸ ਮਾਮਲੇ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਵਿੱਚ ਹੋ ਰਹੀ ਦੇਰੀ ਬਾਰੇ ਪੰਜਾਬ ਦੇ ਮੁਖ வனਪਾਲ ਹਿਲਸ ਨੇ ਵਿਜੀਲੈਂਸ ਬਿਊਰੋ ਨੂੰ ਇੱਕ ਸਰਕਾਰੀ ਚਿੱਠੀ ਲਿਖ ਕੇ ਪਿਛਲੇ ਦਿਨੀ ਦਰਖਤਾਂ ਦੀ ਕਟਾਈ ਦੇ ਮਾਮਲੇ ਦਾ ਹਵਾਲਾ ਦੇਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਐਸਪੀ ਆਸ਼ਿਸ਼ ਕੁਮਾਰ ਨੇ ਕੀਤੀ ਸੀ ਜੋ ਹੁਣ ਵਿਜੀਲੈਂਸ ਬਿਊਰੋ ਦੇ ਆਈਜੀ ਨੇ ਚਿੱਠੀ ਵਿੱਚ ਦੋਸ਼ ਲਾਇਆ ਗਿਆ ਕਿ ਆਸ਼ਿਸ਼ ਕਪੂਰ ਨੇ ਦਰਖਤਾਂ ਦੀ ਨਜਾਇਜ਼ ਕਟਾਈ ਸੰਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਸੀ ਸੱਗੋ ਸਬੰਧਿਤ ਜੰਗਲਾਤ ਦੇ ਠੇਕੇਦਾਰਾਂ ਦੇ ਬਿਆਨ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਸੀ ਪਾਜਬਾ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਦੋਂ ਕਰੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਮਤ ਵਾਲੀ ਪਸੰਦ ਕੌਣ ਹੋਵੇਗਾ ਇਹ ਦੋ ਅਹਿਮ ਸਵਾਲ ਨੇ ਅਤੇ ਪਾਜਬਾ ਵਿੱਚ ਕੋਈ ਵੀ ਇਸ ਬਾਰੇ ਕੁਝ ਨਹੀਂ ਜਾਣਦਾ ਪਾਜਬਾ ਪ੍ਰਧਾਨ ਜੇਪੀ ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਿਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਨਿਯੁਕਤ ਕੀਤਾ ਗਿਆ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦੇ ਵਕਾਰੀ ਅਹੁਦੇ ਲਈ ਨਾਵਾ ਦਾ ਕੋਈ ਪੈਨਲ ਨਹੀਂ ਦਿੱਤਾ ਨੱਡਾ ਅਤੇ ਰਾਜਨੇਤ ਅਗਲੇ ਦਿਨਾਂ ਵਿੱਚ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਰਾਏ ਲੈਣਗੇ ਉਹਨਾਂ ਨੂੰ ਪਾਰਟੀਆਂ ਤੋਂ ਪੁੱਛਣ ਦਾ ਕੰਮ ਵੀ ਸੌਂਪਿਆ ਗਿਆ ਹੈ ਕਿ ਕੀ ਉਹਨਾਂ ਕੋਲ ਇਸ ਅਹੁਦੇ ਲਈ ਕੋਈ ਨਾਂ ਹੈ ਜਾਂ ਜੇ ਹੈ ਤਾਂ ਉਸ ਸਤਾਤਾਰੀ ਪਾਰਟੀ ਨਾਲ ਉਸ ਨੂੰ ਸਾਂਝਾ ਕਰਨਗੇ ਇਸ ਤੋਂ ਬਾਅਦ ਪਾਚਵਾਂ ਮੁਲਾਂਕਣ ਕਰੇਗੀ ਅਤੇ ਫਿਰ ਕੋਈ ਸਿੱਟਾ ਕੱਢੇਗੀ ਸੰਭਾਵਨਾ ਹੈ ਕਿ 23-24 ਜੂਨ ਜਾਂ 27 ਜੂਨ ਨੂੰ ਪਾਚਵਾਂ ਵੱਲੋਂ ਕਿਸੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਬੁੱਧਵਾਰ ਕਨਸਟੀਟਿਊਸ਼ਨ ਕਲੱਬ ਵਿਖੇ 16 ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਇਸ ਵਿੱਚ ਉਮੀਦਵਾਰ ਦੇ ਨਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਟੀ ਆਰ ਐਸ ਬੀ ਜੂ ਜਨਤਾ ਦਲ ਵੀ ਐਸ ਯਰ ਕਾਂਗਰਸ ਆਪ ਐ ਆਈ ਐਮ ਆਈ ਐਮ ਅਤੇ ਹੋਰ ਵਿਰੋਧੀ ਪਾਰਟੀਆਂ ਜੋ ਇਸ ਵਿੱਚ ਸ਼ਾਮਿਲ ਨਹੀਂ ਹੋਈਆਂ ਤੋਂ ਇਲਾਵਾ ਹੋਰਨਾਂ ਨਾਲ ਵੀ ਭਾਜਪਾ ਦੇ ਉਕਤ ਦੋ ਆਗੂਆਂ ਵੱਲੋਂ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਤਾਂ ਜੋ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਬਾਰੇ ਸੁਝਾਓ ਦਿੱਤੇ ਜਾ ਸਕਣ NCP ਆਗੂ ਸ਼ਰਦ ਪਵਾਰ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧੜੇ ਵਿੱਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਵੀ ਆਜ਼ਾਦ ਅਤੇ ਫਰੂਕ ਅਬਦੁੱਲਾ ਦੇ ਨਾਵਾਂ ਦੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਗੁਲਾਮ ਨਵੀ ਇੱਕ ਵਿਵਾਦ ਰਹਿਤ ਅਤੇ ਮਿਲਨਸਾਰ ਵਿਅਕਤੀ ਨੇ ਜਿਨ੍ਹਾਂ ਦੇ ਨਾਂ ਤੇ ਆਮ ਸਹਿਮਤੀ ਹੈ ਸ਼ਰਦ ਪਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਆਜ਼ਾਦ ਦੇ ਨਾਂ ਤੇ ਖਿਲਾਫ ਨਹੀਂ ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ TMC ਨੇਤਾ ਮਮਤਾ ਬੇਨਰਜੀ ਵੱਲੋਂ ਸਾਬਕਾ ਵਿੱਤ ਮੰਤਰੀ ਯਸ਼ਵੰਤ ਸੀਨਾ ਦਾ ਨਾਂ ਸੁਝਾਇਆ ਗਿਆ ਖੱਬੀਆਂ ਪਾਰਟੀਆਂ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕਿਸ਼ਨ ਗਾਂਧੀ ਨੂੰ ਪਸੰਦ ਕਰਦੀਆਂ ਨੇ ਇਹ ਸਨ ਅੱਜ ਦੀਆਂ ਮੁੱਖ ਮੁੱਖ ਖਬਰਾਂ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮਿਲ USA TV ਸਸਕੀ ਕਾਂਜ